ਆ ਕੀ ਇੰਨਾ ਸਮਾਨ ਅਸੀਂ ਪਾਕਿਸਤਾਨ ਤੋਂ ਹਫ਼ਤੇ ਲਈ ਜਾ ਰਹੇ ਹਾਂ ਦੋ ਸਾਲ ਲਈ ਨਹੀਂ ਮੇਰਾ ਬੈਗ ਕਿੱਥੇ ਆ ਮੈਨੂੰ ਦੋ ਕੱਠੀਆਂ ਜੀਆਂ ਪਾਤੀਆਂ ਤਾਂ ਆਪ ਤੂੰ ਪੂਰੀ ਅਲਮਾਰੀ ਲੈ ਕੇ ਚੱਲੀ ਆ ਔਰਤਾਂ ਨੂੰ ਜ਼ਿਆਦਾ ਸਮਾਨ ਚਾਹੀਦਾ ਹੁੰਦਾ ਵਾ ਚੱਲ ਹੁਣ ਫਲੈਟ ਦਾ ਟਾਈਮ ਹੋ ਗਿਆ ਜੀ ਕਿੱਦਾਂ ਵੀ ਚਾਚਾ ਜੀ ਕੀ ਲੈ ਕੇ ਆਇਆ ਮੇਰੇ ਵਾਸਤੇ ਪਹਿਲੇ ਤੁਸੀਂ ਮੈਨੂੰ ਤਾਂ ਮਿਲ ਲਵੋ ਓ ਠੀਕ ਹੈ ਜੀ ਕਾਕਾ ਠੀਕ ਹੈ ਕਿੱਥੇ ਰਹਿ ਗਏ ਅਸੀਂ ਕੋਈ ਕਿੱਥੇ ਨਸਰੀਨ ਓ ਵੇਖੋ ਓ ਆ ਜਾ ਕੁੜੀਏ ਆ ਜਾ ਜਲਦੀ ਨਾ ਲੈ ਵੀ ਪਾਕਿਸਤਾਨ ਦਾ ਦਿਨ ਬ ਦਿਨ ਸੋਹਣਾ ਹੀ ਹੋਈ ਜਾਂਦਾ ਕਸਮੇ ਇੱਥੇ ਮਿੱਟੀ ਕੱਟਾ ਕਿੰਨਾ ਵਾ ਇਸੀ ਮਿੱਟੀ ਨਾਲ ਬਣੀ ਹੈ ਤੂੰ ਗੱਲਾਂ ਕਰਦੀ ਨਸਰੀਨ ਇੱਕ ਵਾਰੀ ਤੂੰ ਮੇਰਾ ਘਰ ਵੇਖੇਂਗੀ ਤੇ ਖੁਸ਼ ਹੋ ਜਾਏਗੀ ਹਾਂਜੀ ਲੈ ਵੀ ਪਿੰਡ ਦੀਆਂ ਸੜਕਾਂ ਤਾਂ ਬੜੀਆਂ ਸੋਹਣੀਆਂ ਕਰਤੀਆਂ ਵਾ ਖੇਤ ਸਵਾ ਸੋਹਣੀਆਂ ਵਾ ਹਜੇ ਵੀ ਖੱਡਿਆਂ ਨਾਲ ਭਰੀ ਆ ਵਾਲ ਖਰਾਬ ਕਰਤੇ ਮੇਰੇ ਨਸਰੀਨ ਜ਼ਮੀਨ ਵੇਖਣ ਨਹੀਂ ਆ ਹਾਂਜੀ ਉਹ ਮੇਰੇ ਵੱਡੇ ਭਰਾ ਦੀ ਆ ਤੇ ਨਸਰੀਨ ਸਾਰੀ ਜ਼ਮੀਨ ਵੇਖਣ ਨਹੀਂ ਆ ਹਾਂਜੀ ਉਹ ਮੇਰੇ ਛੋਟੇ ਭਰਾ ਦੀ ਆ ਤਾਂ ਫਿਰ ਤੁਹਾਡੀ ਜ਼ਮੀਨ ਕਿਹੜੀ ਆ ਸਾਡੀ ਜ਼ਮੀਨ ਸਾਡੀ ਜ਼ਮੀਨ ਆ ਹੋਰ ਕੋਈ ਜ਼ਮੀਨ ਨਹੀਂ ਲੱਭੀ ਸੀ ਤੁਹਾਨੂੰ ਬਹੁਤ ਵੱਡੀ ਆ ਆ ਜਾ ਨਸਰੀਨ ਆ ਜਾ ਤੈਨੂੰ ਆਪਣਾ ਘਰ ਵਿਖਾਵਾਂ ਫਿਰ ਮੈਂ ਦੇਖਿਆ ਫਿਰ ਚਾਚੇ ਦੀਆਂ ਟੋਰਾਂ ਵਾਹ ਚਾਚਾ ਜੀ ਤੁਸੀਂ ਤਾਂ ਘਰ 'ਚ ਹੀ ਡੇਅਰੀ ਫਾਰਮ ਖੋਲ੍ਹ ਲਿਆ ਵਾ ਸਹੀ ਆ ਅਸੀਂ ਕਿਸੇ ਹੋਟਲ 'ਚ ਨਹੀਂ ਰਹਿ ਸਕਦੇ ਤੂੰ ਪਾਗਲ ਹੋਈ ਆ ਇਹ ਕਿਸੇ 5-star ਹੋਟਲ ਤੋਂ ਘੱਟ ਵਾ ਚਾਚਾ ਜੀ ਤੁਹਾਡੀ ਟੋਇਲਟ ਕਿੱਥੇ ਆ ਉਹ ਕੋਨੇ ਵਿੱਚ ਨਸਰੀਨ ਤੈਨੂੰ ਕੀ ਗੱਲ ਆ ਉਹ ਤੁਹਾਡੀ ਟੋਇਲਟ ਦੂਜੀ ਆ ਇੰਗਲਿਸ਼ ਟੋਇਲਟ ਨਹੀਂ ਹੈਗੀ ਉਹ ਇੱਥੇ ਇਹੀ ਚੱਲਦਾ ਇੱਕ ਵਾਰੀ ਕਰਕੇ ਤੇ ਦੇਖ ਮੈਂ ਕੱਲ ਕਰ ਲਾਂਗੀ ਮੈਂ ਹੁਣ ਸੌਣ ਚੱਲੀ ਆ
ਉਹ ਕਿੱਦਾਂ ਫਿਰ ਨਸਰੀਨ, ਰਾਤੀ ਨੀਂਦਰ ਆ ਗਈ ਸੀ? ਰਾਤੀ ਮੱਛਰਾਂ ਨੇ ਲੜ ਲੜ ਬੁਰਾ ਹਾਲ ਕਰਤਾ ਮੇਰਾ। ਲੱਗਦਾ ਤੇਰਾ ਮਿੱਠਾ ਖੂਨ ਆ, ਤਾਂ ਹੀ ਉਹ ਤੈਨੂੰ ਮੱਛਰ ਕੱਟਦਾ। ਮੈਂ ਨਹਾਉਣਾ ਚਾਹੁੰਦੀ ਹਾਂ, ਇੱਥੇ ਕੋਈ ਜਕੂਜ਼ੀ ਵਗੈਰਾ ਨਹੀਂ ਹੈਗਾ। ਉਹ ਜਕੂਜ਼ੀ ਕੀ ਹੁੰਦਾ ਚਾਚਾ ਜੀ? ਹੋਈ ਹੌਦੀ ਜਾ ਜਿਹੜਾ ਬਣਿਆ ਹੁੰਦਾ ਵਿੱਚ ਬਹਿ ਕੇ ਨਹਾਈਦਾ ਵਾ। ਓਹੋ, ਅੱਛਾ ਅੱਛਾ ਅੱਛਾ। ਉਹ ਜਾ ਉੱਥੇ ਸਾਹਮਣੇ ਖੇਤਾਂ ਵਿੱਚ ਚਲੀ ਜਾ, ਉੱਥੇ ਜਕੂਜ਼ੀ ਨਜ਼ਰ ਆ ਜੂ ਆਪਣਾ। ਚਾਚਾ ਜੀ, ਮੈਂ ਨਾ ਸ਼ੋਪਿੰਗ 'ਤੇ ਜਾ ਰਹੀ ਹਾਂ, ਮੈਨੂੰ ਲਿਮੋਜ਼ੀਨ ਕਰਾ ਦਿਓ। ਆਖਿਰ ਪਿੰਡ 'ਚ ਮੇਰੀ ਵੀ ਟੌਰ ਸ਼ੌਰ ਹੋਣੀ ਚਾਹੀਦੀ ਆ। ਉਹ ਲਿਮੋਜ਼ੀਨ ਕੀ ਹੁੰਦਾ? ਉਹ ਚਾਚਾ ਜੀ ਉਹੀ ਜਿਹ 'ਚ 10-11 ਜਣੇ ਵਿੱਚ ਬਹਿ ਜਾਂਦੇ ਆ ਇਕੱਠੇ। ਅੱਛਾ ਅੱਛਾ, ਉਹ ਆਪਾਂ ਹੁਣੀ ਇਹਨੂੰ ਮੰਗਵਾ ਦਿੰਦੇ ਹਾਂ। ਜਲਦੀ ਬੁਲਾਓ ਫਿਰ। ਅੱਛਾ ਅੱਛਾ, ਤੈਨੂੰ ਦੁੱਧ ਦਿੰਦੀ ਹਾਂ ਮੈਂ। ਸਹੀ ਆ।